ਜੋ ਪਿਛਲੇ ਸਮੇਂ ਤੋਂ ਚੋਣਾਂ ਦੇ ਦੌਰਾਨ ਜਾਂ ਹੁਣ ਚੋਣਾਂ ਦਾ ਜੋ ਮੌਕਾ ਹੈ, ਜਿਹੜੀ ਸਾਡੀ ਪਾਰਟੀ ਕਾਂਗਰਸ ਦੀ ਗੱਲ ਜਿਹੜੀ ਹੈ ਉਹ ਮੀਡੀਆ ਦੇ ਰਾਹੀਂ ਲੋਕਾਂ ਤੱਕ ਤੁਸੀਂ ਪਹੁੰਚਾ ਰਹੇ ਹੋ, ਮੈਂ ਉਹਦੇ ਲਈ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ, ਧੰਨਵਾਦ ਕਰਦਾ। ਮੇਰੇ ਨਾਲ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਦਿੱਲੀ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਜੋ ਸਾਰੇ ਪੰਜਾਬ ਨੂੰ ਦੇਖ ਰਹੇ ਨੇ ਸ਼੍ਰੀ ਵਿਪਨ ਮਿਸ਼ਰਾ ਜੀ, ਉਹ ਮੇਰੇ ਨਾਲ ਅੱਜ ਇੱਥੇ ਆਏ ਨੇ ਅਤੇ ਉਹਨਾਂ ਵੱਲੋਂ ਵੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਆਪਣੇ ਜੋ ਅੱਜ ਪ੍ਰੈਸ ਦੇ ਲਈ ਤੁਹਾਨੂੰ ਕਸ਼ਟ ਦਿੱਤਾ, ਮੈਂ ਹੋਰ ਜ਼ਿਆਦਾ ਕੋਈ ਇੱਧਰ ਉੱਧਰ ਦੀ ਗੱਲ ਨਾ ਕਰਦਾ ਹੋਇਆ ਅੱਜ ਕੁਝ ਗੱਲਾਂ ਲੈ ਕੇ, ਅੱਜ ਕੁਝ ਸਵਾਲ ਲੈ ਕੇ ਪੰਜਾਬ ਦੀ ਸਰਕਾਰ ਨੂੰ ਔਰ ਕੇਂਦਰ ਦੀ ਸਰਕਾਰ ਨੂੰ ਜਵਾਬ ਲੈਣ ਦੇ ਲਈ ਤੁਹਾਡੇ ਰਾਹੀਂ ਜਿਹੜੀ ਹੈ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣੀ ਹੈ ਕਿ ਭਗਵੰਤ ਮਾਨ ਬਹੁਤ ਝੂਠਾ ਅਤੇ ਮਕਾਰ ਮੁੱਖ ਮੰਤਰੀ ਨਿਕਲਿਆ, ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆ ਗਿਆ, ਲੇਕਿਨ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ੇ ਦੇ ਜ਼ੋਰ 'ਚ, ਹਕੂਮਤ ਦੇ ਨਸ਼ੇ ਦੇ ਜ਼ੋਰ 'ਚ ਉਹ ਸਭ ਕੁਝ ਭੁੱਲ ਗਿਆ ਕਿ ਜਿਹਨਾਂ ਗਰੀਬਾਂ ਦਲਿਤਾਂ ਨੇ ਵੋਟਾਂ ਪਾ ਕੇ ਸਾਨੂੰ ਕਾਮਯਾਬ ਕੀਤਾ ਉਹ ਉਹਨਾਂ ਨਾਲ ਕੀਤੇ ਵਾਅਦਿਆਂ ਤੋਂ ਬਿਲਕੁਲ ਬੁਰੀ ਤਰ੍ਹਾਂ ਮੁੱਕਰ ਗਿਆ। ਮੈਂ ਤੁਹਾਡੇ ਸਾਹਮਣੇ ਸਵਾਲ ਰੱਖਾਂਗਾ ਔਰ ਕੋਈ ਗੱਲ ਗਲਤ ਹੋਏਗੀ ਤਾਂ ਮੈਂ ਤੁਹਾਡਾ ਜਵਾਬ ਦੇਣ ਵਾਸਤੇ ਸਮਰੱਥ ਹਾਂ। ਸਭ ਤੋਂ ਵੱਡੀ ਗੱਲ ਕਿ ਦਲਿਤਾਂ ਨੂੰ ਲਵਾਉਣ ਦੇ ਲਈ, ਦਲਿਤਾਂ ਦੀਆਂ ਵੋਟਾਂ ਲੈਣ ਦੇ ਲਈ ਸਭ ਤੋਂ ਪਹਿਲਾਂ ਇੱਕ ਬਹੁਤ ਵੱਡਾ ਵਾਅਦਾ ਪੰਜਾਬ ਦੀ ਇਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਦਲਿਤ ਡਿਪਟੀ ਮੁੱਖ ਮੰਤਰੀ ਬਣਾਵਾਂਗੇ। ਮੈਂ ਤੁਹਾਡੇ ਰਾਹੀਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਦਲਿਤਾਂ ਦੀਆਂ ਵੋਟਾਂ ਤਾਂ ਲਈਆਂ ਪਰ ਹਾਲੇ ਤੱਕ 2.25 ਸਾਲ ਦੀ ਸਰਕਾਰ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਅੰਦਰ ਦਲਿਤ ਡਿਪਟੀ ਮੁੱਖ ਮੰਤਰੀ ਕਿਉਂ ਨਹੀਂ ਲਗਾਇਆ? ਮੈਂ ਉਹਦਾ ਸਵਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਉਠਾਇਆ ਔਰ ਮੈਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਪਮਾਨਿਤ ਕੀਤਾ ਗਿਆ, ਜਦਕਿ ਦਲਿਤ ਡਿਪਟੀ ਮੁੱਖ ਮੰਤਰੀ ਕਾਂਗਰਸ ਦਾ ਜਾਂ ਹੋਰ ਕਿਸੇ ਪਾਰਟੀ ਦਾ ਨਹੀਂ ਸੀ ਬਣਨਾ, ਇਹਨਾਂ ਦਾ ਬਣਨਾ ਸੀ। ਔਰ ਮੈਨੂੰ ਇੰਨੇ ਅਪਸ਼ਬਦ ਬੋਲੇ ਗਏ ਜਿਹੜੇ ਮੀਡੀਆ ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਉਹ ਦੁਹਰਾਉਣੇ ਨਹੀਂ ਚਾਹੁੰਦਾ। ਉਸ ਸੰਦਰਭ ਦੇ ਅੰਦਰ ਮੁੱਖ ਮੰਤਰੀ ਸਾਹਿਬ ਜਿੱਦਣ ਆਦਮਪੁਰ ਆਉਣਗੇ ਉਹਨਾਂ ਦਾ ਡਟ ਕੇ ਵਿਰੋਧ ਜਿਹੜਾ ਉਹ ਆਦਮਪੁਰ ਦੇ ਵਿੱਚ ਕੀਤਾ ਜਾਵੇਗਾ ਔਰ ਉਹਨਾਂ ਨੂੰ ਉਹਦਾ ਵਾਅਦਾ ਜਿਹੜਾ ਯਾਦ ਕਰਾਇਆ ਜਾਵੇਗਾ ਔਰ ਮੇਰੇ ਅਪਮਾਨ ਦਾ ਬਦਲਾ ਮੈਂ ਵਿਰੋਧ ਰੂਪ ਦੇ ਅੰਦਰ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਤੋਂ ਲਾਂਗਾ। ਔਰ ਦੂਸਰਾ, ਇਹਨਾਂ ਨੇ ਕਿਹਾ ਕਿ ਦਲਿਤਾਂ ਦੇ ਉਥਾਨ ਤੇ ਤਰੱਕੀ ਦੇ ਵਾਸਤੇ ਅਸੀਂ ਬਹੁਤ ਕੁਝ ਕਰ ਰਹੇ ਹਾਂ। ਪੰਜਾਬ ਦੇ ਅੰਦਰ 7 ਰਾਜ ਸਭਾ ਦੇ ਮੈਂਬਰ ਮਿਸ਼ਰਾ ਜੀ, 7 ਰਾਜ ਸਭਾ ਦੇ ਮੈਂਬਰਾਂ ਚੋਂ ਇੱਕ ਵੀ ਦਲਿਤ ਨੂੰ ਜਿਹੜਾ ਉਹ ਰਾਜ ਸਭਾ ਦਾ ਮੈਂਬਰ ਨਹੀਂ ਬਣਾਇਆ ਗਿਆ। ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਣ ਕਿ ਕੀ ਉਹਨਾਂ ਨੂੰ ਦਲਿਤਾਂ ਤੋਂ ਨਫ਼ਰਤ ਹੈ, ਕੀ ਉਹ ਦਲਿਤਾਂ ਦਾ ਕੋਈ ਨੁਮਾਇੰਦਾ ਜਿਹੜਾ ਉੱਥੇ ਭੇਜਣਾ ਨਹੀਂ ਚਾਹੁੰਦੇ, ਇਹ ਕੀ ਮਖੌਲ ਬਣਾ ਰੱਖਿਆ ਇਹਨਾਂ ਨੇ, ਇਹਦਾ ਵੀ ਭਗਵੰਤ ਮਾਨ ਨੂੰ ਜਵਾਬ ਦੇਣਾ ਪਵੇਗਾ। ਔਰ ਤੀਸਰਾ, ਐਸਸੀ ਕਮਿਸ਼ਨ ਨੂੰ ਤੋੜ ਦਿੱਤਾ ਗਿਆ। ਪੰਜਾਬ ਦੇ ਅੰਦਰ ਵੱਖ ਵੱਖ ਕਮਿਸ਼ਨ ਨੇ, ਬਹੁਤ ਸਾਰੇ ਕਮਿਸ਼ਨ ਨੇ, ਕਿਸੇ ਨੂੰ ਨਹੀਂ ਤੋੜਿਆ ਗਿਆ। ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੈਜੂਲੇਸ਼ਨ ਪਾਸ ਕਰਕੇ 10 ਮੈਂਬਰਾਂ ਤੋਂ ਘਟਾ ਕੇ 5 ਕਰ ਦਿੱਤੇ, ਉਹਨਾਂ ਦਾ 6 ਸਾਲ ਦਾ ਕਾਰਜ ਘਟਾ ਕੇ 3 ਸਾਲ ਕਰ ਦਿੱਤਾ ਔਰ ਚੇਅਰਮੈਨੀ ਉਹ ਵੀ ਜਿਹੜੀ ਹੈ
ਉਹ ਐਸਸੀ ਨੂੰ ਨਹੀਂ ਦਿੱਤੀ, ਉਹ ਵੀ ਕਿਸੇ ਹੋਰ ਨੂੰ ਉਹਦਾ ਚੇਅਰਮੈਨ ਲਗਾ ਦਿੱਤਾ ਗਿਆ। ਇਹ ਫਿਰ ਇਹ ਦਲਿਤਾਂ ਦੇ ਨਾਲ ਬੇਇਨਸਾਫੀ ਨਹੀਂ ਹੈ, ਇਹ ਦਲਿਤਾਂ ਦੇ ਨਾਲ ਘੋਰ ਅਨਿਆਂ ਨਹੀਂ ਹੈ। ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤ ਕੇ ਤੂੰ ਨਸ਼ੇ ਦੀ ਹਕੂਮਤ ਦੇ ਜ਼ੋਰ ਦੇ ਅੰਦਰ ਆਪਣੇ ਕੀਤੇ ਵਾਅਦੇ ਬਿਲਕੁਲ ਭੁੱਲ ਚੁੱਕਾ। 31,000 ਰੁਪਇਆ ਸ਼ਗਨ ਸਕੀਮ ਦਾ ਕਾਂਗਰਸ ਪਾਰਟੀ ਦਿੰਦੀ ਸੀ, ਕੋਈ ਵੀ ਸਾਡੀ ਸਰਕਾਰ ਦੇ ਬਿੱਲ ਦਾ ਇੱਕ ਪੈਸਾ ਤੱਕ ਬਕਾਇਆ ਨਹੀਂ ਸੀ। ਇਹਨਾਂ ਨੇ ਸੱਤਾ ਚ ਆਉਣ ਤੋਂ ਪਹਿਲਾਂ ਕਿਹਾ ਕਿ ਅਸੀਂ 51,000 ਰੁਪਇਆ ਜਿਹੜਾ ਉਹ ਕਰਾਂਗੇ। ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਮਾਜ ਭਲਾਈ ਮੰਤਰੀ ਨੂੰ ਪੁੱਛਿਆ ਕਿ ਦੱਸੋ, ਕਹਿੰਦੇ ਜੀ ਸਾਲ ਹੋ ਗਿਆ, ਅਸੀਂ ਹਾਲੇ ਦੇ ਨਹੀਂ ਸਕੇ, ਜਲਦੀ ਦੇ ਦਿਆਂਗੇ। ਇਹਦਾ ਮਤਲਬ ਹੈ ਕਿ ਤੁਸੀਂ ਗਰੀਬ ਲੜਕੀ ਵਿਚਾਰੀ ਦੇ ਗਾਂਹ ਜਾ ਕੇ ਬੱਚੇ ਵੀ ਹੋ ਜਾਂਦੇ ਨੇ ਤੇ ਤੁਸੀਂ ਉਸ ਪਰਿਵਾਰ ਨੂੰ 51,000 ਰੁਪਇਆ ਨਹੀਂ ਦੇ ਰਹੇ ਹੋ। ਭਗਵੰਤ ਮਾਨ ਜੀ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਔਰ 750 ਤੋਂ ਪੈਨਸ਼ਨ ਵਧਾ ਕੇ ਅਸੀਂ 1,500 ਕੀਤੀ ਸੀ। ਇਹਨਾਂ ਨੇ ਸੱਤਾ ਚ ਆਉਣ ਤੋਂ ਪਹਿਲਾਂ ਕਿਹਾ ਸੀ 2,500 ਪੈਨਸ਼ਨ ਕਰਾਂਗੇ। ਅੱਜ ਇੱਕ ਵੀ ਵਿਅਕਤੀ ਨੂੰ ਨਾ ਵਿਧਵਾ ਪੈਨਸ਼ਨ, ਨਾ ਬੁਢਾਪਾ ਪੈਨਸ਼ਨ, ਨਾ ਅੰਗਹੀਣ ਪੈਨਸ਼ਨ, ਅੱਜ ਤੱਕ ਕਿਸੇ ਨੂੰ 2,500 ਰੁਪਇਆ ਜਿਹੜੀ ਹੈ ਉਹ ਨਹੀਂ ਮਿਲੀ। ਔਰ ਦੂਸਰਾ, ਲੇਡੀਜ਼ ਨੂੰ, ਔਰਤਾਂ ਨੂੰ, ਸਾਡੀਆਂ ਭੈਣਾਂ ਨੂੰ, 18 ਸਾਲ ਤੋਂ ਉੱਪਰ ਦੀਆਂ ਔਰਤਾਂ ਨੂੰ ਕਿਹਾ ਕਿ ਅਸੀਂ 1,000-1,000 ਰੁਪਇਆ ਦੇਵਾਂਗੇ। ਅੱਜ 27 ਤੇ 28 ਮਹੀਨੇ ਹੋ ਚੁੱਕੇ ਨੇ ਸਰਕਾਰ ਬਣੀ ਨੂੰ, 28ਵਾਂ ਸ਼ੁਰੂ ਹੋ ਗਿਆ। ਹਰੇਕ ਔਰਤ ਦਾ, ਭੈਣ ਦਾ, ਬੱਚੀ ਦਾ ਜਿਹੜੀ 18 ਸਾਲ ਤੋਂ ਉੱਪਰ ਹੈ ਉਹਦਾ 27-28,000 ਰੁਪਇਆ ਪੰਜਾਬ ਦੀ ਸਰਕਾਰ ਵੱਲ ਬਣਦਾ ਹੈ। ਤੇ ਸਰਕਾਰ ਕਹਿੰਦੀ ਸੀ ਅਸੀਂ ਖਜ਼ਾਨਾ ਭਰਿਆ ਪਿਆ ਸਾਡੇ ਕੋਲ, ਸਰਕਾਰ ਕਹਿੰਦੀ ਸੀ ਸਾਨੂੰ ਤਾਂ ਕੋਈ ਕਰਜ਼ਾ ਲੈਣ ਦੀ ਲੋੜ ਨਹੀਂ ਹੈ। 80,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਜਿਹੜਾ ਪੰਜਾਬ ਸਰਕਾਰ ਨੇ ਇੱਕ ਸਾਲ ਦੇ ਅੰਦਰ ਜਿਹੜਾ ਉਹ ਚੁੱਕ ਲਿਆ। ਇਸ ਕਰਕੇ ਭਗਵੰਤ ਮਾਨ ਨੂੰ ਜਵਾਬ ਦੇਣਾ ਪਏਗਾ ਉਹਨਾਂ ਔਰਤਾਂ ਨੂੰ ਜਿਹਨਾਂ ਦੀਆਂ ਵੋਟਾਂ ਲੈ ਕੇ ਤੁਸੀਂ ਪੰਜਾਬ ਦੀ ਸੱਤਾ ਦੇ ਵਿੱਚ ਆਏ। ਗਰੀਬਾਂ ਨੂੰ ਤੁਸੀਂ ਕਿਹਾ ਕਿ ਅਸੀਂ 5-5 ਮਰਲੇ ਦੇ ਪਲਾਟ ਦੇਵਾਂਗੇ, ਗਰੀਬਾਂ ਨੂੰ ਘਰ ਬਣਾ ਕੇ ਦੇਵਾਂਗੇ। ਮੀਡੀਆ ਸਾਰਾ ਇੱਥੇ ਬੈਠਾ, ਤੁਸੀਂ ਸਾਰੇ ਜਾਣਕਾਰ ਹੋ, ਬੜੇ ਸੂਝਵਾਨ ਹੋ, ਇੰਟੈਕਚੁਅਲ ਹੋ, ਇੱਕ ਵੀ ਕਿਸੇ ਗਰੀਬ ਨੂੰ ਘਰ ਬਣਾ ਕੇ ਦਿੱਤਾ ਹੋਵੇ ਤਾਂ ਭਗਵੰਤ ਮਾਨ ਦੇ ਕੋਲੋਂ ਮਾਫ਼ੀ ਮੰਗ ਲਾਂਗੇ। ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਦੇ ਅੰਦਰ ਕਹੀ ਸੀ, ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਉਹ ਪੱਕਾ ਨਹੀਂ ਕੀਤਾ ਗਿਆ। ਔਰ ਐਸਸੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੇ ਅਧੀਨ ਜਦੋਂ ਵੀ ਕੋਈ ਵਿਦਿਆਰਥੀ ਧਰਨੇ, ਪ੍ਰਦਰਸ਼ਨ, ਮੁਜ਼ਾਹਰੇ ਕਰਦਾ ਹੈ, ਔਰ ਤੁਸੀਂ ਸਾਰੇ ਜਾਣਕਾਰ ਹੋ, ਮੈਂ ਵਿਦਿਆਰਥੀ ਵਰਗ ਦੇ ਲਈ ਲੜਦਾ ਰਿਹਾ, ਸਾਰੇ ਤੁਸੀਂ ਪ੍ਰੈਸ ਵਾਲੇ ਬੈਠੇ ਹੋ, ਸੜਕਾਂ ਦੇ ਰਾਤਾਂ ਨੂੰ ਸੌਂਦਾ ਰਿਹਾ, ਲੇਕਿਨ ਪਿਛਲੇ ਸਾਲ ਸਾਡੇ ਵਿਦਿਆਰਥੀ ਦਾਖਲੇ ਤੋਂ ਔਰ ਸਾਡੇ ਵਿਦਿਆਰਥੀ ਪੇਪਰ ਦੇਣ ਤੋਂ ਵਾਂਝੇ ਰਹਿ ਗਏ। ਜਦੋਂ ਉਹਨਾਂ ਨੇ BSF ਚੌਂਕ ਦੇ ਵਿੱਚ ਜਾ ਕੇ ਧਰਨਾ ਲਗਾਇਆ ਤਾਂ ਉਹਨਾਂ ਦੇ ਉੱਤੇ ਇੱਥੇ ਦੇ ਕਮਿਸ਼ਨਰ ਚਾਲ ਸਾਹਿਬ ਜਿਹੜੇ ਪਹਿਲਾਂ ਸੀਗੇ ਉਹਨਾਂ ਦੇ ਹਦਾਇਤਾਂ ਦੇ ਉੱਤੇ ਉਹਨਾਂ ਦੇ ਉੱਤੇ ਲਾਠੀਆਂ ਚਲਾਈਆਂ ਗਈਆਂ, ਉਹਨਾਂ ਨੂੰ ਕੁੱਟਿਆ ਗਿਆ। ਔਰ ਸਾਡੀਆਂ ਬੱਚੀਆਂ ਨੂੰ, ਤੁਸੀਂ ਜਾਣਕਾਰ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਉਹਨਾਂ ਨੂੰ ਰਾਤ ਨੂੰ ਪੁਲਿਸ ਸਟੇਸ਼ਨ ਦੇ ਵਿੱਚੋਂ ਛਡਵਾ ਕੇ ਪਿਛਲੇ ਦਰਵਾਜ਼ੇ ਦੇ ਥਾਣੀ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ। ਤੁਸੀਂ ਜਾਣਕਾਰ ਹੋ। ਭਗਵੰਤ ਮਾਨ ਜੀ, ਤੁਸੀਂ ਵਿਦਿਆਰਥੀ ਵਰਗ ਨੂੰ ਕਹਿੰਦੇ ਹੋ ਅਸੀਂ ਨੌਕਰੀਆਂ ਦੇਵਾਂਗੇ, ਤੁਸੀਂ ਕਹਿੰਦੇ ਹੋ ਕਿ ਅਸੀਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਜਿਹੜਾ ਆ ਉਹ ਅਸੀਂ ਪੈਸਾ ਦੇਵਾਂਗੇ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੇ ਦੇਣ। ਅੱਜ ਤੱਕ 16,000 ਕਰੋੜ ਰੁਪਇਆ ਬਕਾਇਆ ਪੰਜਾਬ ਦੀ ਸਰਕਾਰ ਦੇ ਵੱਲ ਵਿਦਿਆਰਥੀਆਂ ਦਾ ਬਣਦਾ। ਵਿਦਿਆਰਥੀਆਂ ਨੂੰ ਪੇਪਰ 'ਚ ਨਹੀਂ ਬੈਠਣ ਦਿੱਤਾ ਜਾਂਦਾ, ਵਿਦਿਆਰਥੀਆਂ ਨੂੰ ਰੋਲ ਨੰਬਰ ਰੋਕ ਲਏ ਜਾਂਦੇ ਨੇ। ਔਰ ਇਸ ਤਰੀਕੇ ਦੇ ਨਾਲ ਸਾਡੇ ਵਿਦਿਆਰਥੀਆਂ ਦੇ ਨਾਲ ਜਿਹੜਾ ਦੁਰਵਿਵਹਾਰ ਹੋ ਰਿਹਾ ਉਹਦੇ ਤੋਂ ਅਸੀਂ ਬਹੁਤ ਚਿੰਤਤ ਹਾਂ। ਇਹ ਗੱਲਾਂ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਆਇਆ ਔਰ ਸਵਾਲ ਲੈ ਕੇ ਆਇਆ। ਔਰ ਓਲਡ ਪੈਨਸ਼ਨ ਸਕੀਮ ਦੇ ਲਈ ਸਾਡੇ ਸਰਕਾਰੀ ਮੁਲਾਜ਼ਮ ਜਿਹੜੇ ਉਹ ਉਡੀਕ ਰਹੇ ਨੇ, ਔਰ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਓਲਡ ਪੈਨਸ਼ਨ ਸਕੀਮ ਲੈ ਕੇ ਆਵਾਂਗੇ। ਜਿੱਦਣ ਭਗਵੰਤ ਮਾਨ ਨੇ ਸਹੁੰ ਚੁੱਕੀ ਤਾਂ 78 ਦੇ ਅੰਦਰ ਸਾਰੇ ਮੁਲਾਜ਼ਮਾਂ ਨੇ ਫੁੱਲ ਵਰਸਾਏ ਸੀ
ਔਰ 2 ਸਾਲ ਬਾਅਦ ਜਦੋਂ ਉੱਥੇ ਗਿਆ ਤੇ ਉੱਥੇ ਲੋਕਾਂ ਨੇ ਧਰਨਾ ਮਾਰਿਆ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲਣ ਤੋਂ ਪਹਿਲਾਂ। ਇਸ ਕਰਕੇ ਮੁੱਖ ਮੰਤਰੀ ਸਭ ਲੋਕਾਂ ਨੂੰ ਜਵਾਬ ਦਿਓ, ਤੁਸੀਂ ਪੰਜਾਬ ਦੇ ਅੰਦਰ ਕਿਹਾ ਸੀਗਾ ਕਿ ਅਸੀਂ ਧਰਨਾ ਮੁਕਤ ਪੰਜਾਬ ਕਰਾਂਗੇ, ਅੱਜ ਵੀ ਸਾਡੀਆਂ ਟੀਚਰ, ਅੱਜ ਵੀ ਸਾਡੀਆਂ ਬੱਚੀਆਂ ਟੈਂਕੀਆਂ ਦੇ ਉੱਤੇ ਚੜੀਆਂ ਹੋਈਆਂ ਨੇ। ਇਹਨਾਂ ਨੇ ਕਿਹਾ ਸੀਗਾ ਕਿ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਏਗੀ। ਅੱਜ ਟੀਚਰਾਂ ਨੂੰ ਕੁੱਟਿਆ ਜਾ ਰਿਹਾ, ਡਾਕਟਰਾਂ ਨੂੰ ਕੁੱਟਿਆ ਜਾ ਰਿਹਾ, ਪੰਜਾਬ ਦੇ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ। ਭਗਵੰਤ ਮਾਨ ਜੀ, ਤੁਸੀਂ ਤਾਂ ਕਹਿੰਦੇ ਸੀ ਅਸੀਂ ਧਰਨਾ ਮੁਕਤ ਪੰਜਾਬ ਕਰਨਾ, ਨਸ਼ਾ ਮੁਕਤ ਪੰਜਾਬ ਮੇਨ ਏਜੰਡਾ ਸੀ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਕਰਾਂਗੇ। ਅੱਜ ਘਰ ਘਰ ਦੇ ਅੰਦਰ ਨਸ਼ਾ ਜਿਹੜਾ ਉਹ ਵਿਕ ਰਿਹਾ, ਸਰਕਾਰ ਉਹਦੇ ਤੇ ਕੰਟਰੋਲ ਨਹੀਂ ਕਰ ਰਹੀ, ਔਰ ਜਿਹੜੇ ਹਜ਼ਾਰਾਂ ਨੌਜਵਾਨ ਜਿਹੜੇ ਤੁਸੀਂ ਰੋਜ਼ ਤੁਹਾਡੇ ਪੇਪਰਾਂ ਦੇ ਵਿੱਚ ਛਪਦਾ ਕਿ ਉਹ ਕਿਸ ਤਰੀਕੇ ਦੇ ਨਾਲ ਓਵਰਡੋਜ਼ ਦੇ ਨਾਲ, ਨਸ਼ਿਆਂ ਦੇ ਨਾਲ ਉਹਨਾਂ ਦੀ ਜਿਹੜੀ ਉਹ ਮੌਤ ਹੋ ਰਹੀ ਹੈ। ਸੋ ਇਹਦੇ ਲਈ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਨੌਜਵਾਨਾਂ ਦੀਆਂ ਹੋ ਰਹੀਆਂ ਇਸ ਮੌਤਾਂ ਦੇ ਲਈ। ਔਰ ਤੀਸਰਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਰਜ਼ਾ ਮੁਕਤ ਪੰਜਾਬ ਕਰਾਂਗੇ। ਪੰਜਾਬ ਦੇ ਅੰਦਰ ਕੇਜਰੀਵਾਲ ਤੇ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਅਸੀਂ 20,000 ਕਰੋੜ ਰੁਪਇਆ ਮਾਈਨਿੰਗ ਤੋਂ ਲੈ ਕੇ ਆਵਾਂਗੇ ਜਿਹੜਾ ਖਜ਼ਾਨੇ ਦੇ ਅੰਦਰ ਜਮ੍ਹਾਂ ਹੋਏਗਾ। ਔਰ ਇਹਨਾਂ ਨੇ ਕਿਹਾ ਸੀ 25,000 ਕਰੋੜ ਰੁਪਇਆ ਅਸੀਂ ਸ਼ਰਾਬ ਐਕਸਾਈਜ਼ ਪਾਲਿਸੀ ਦੇ ਅੰਦਰੋਂ ਜਿਹੜੀ ਰਿਸ਼ਵਤ ਚੱਲਦੀ ਹੈ ਕਿ ਅਸੀਂ ਜਿਹੜਾ ਇਹ ਲਗਭਗ 60,000 ਕਰੋੜ ਰੁਪਇਆ ਜਿਹੜਾ ਉਸ ਅਸੀਂ ਖਜ਼ਾਨੇ ਦੇ ਅੰਦਰ ਹਰ ਸਾਲ ਜਮ੍ਹਾਂ ਕਰਾਂਗੇ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਭਗਵੰਤ ਮਾਨ ਜੀ ਨੂੰ, ਕੇਜਰੀਵਾਲ ਨੂੰ ਪੁੱਛਣਾ ਚਾਹਨਾ ਕਿ ਤੂੰ ਕਿਹੜਾ ਵਾਅਦਾ ਆਪਣਾ ਪੂਰਾ ਕੀਤਾ। ਤੁਸੀਂ ਸਾਡੀ ਸਰਕਾਰ ਅਸੀਂ 3,50,000 ਕਰੋੜ ਦਾ ਕਰਜ਼ਾ ਜਿਹੜਾ ਉਸ ਸਮੇਂ ਸੀਗਾ, ਲੇਕਿਨ ਇਸ ਸਰਕਾਰ ਨੇ 1 ਸਾਲ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਚ ਕਿਹਾ ਕਿ ਅਸੀਂ 80,000 ਕਰੋੜ ਰੁਪਇਆ 1 ਸਾਲ ਦੇ ਅੰਦਰ ਲੈ ਲਿਆ। ਇਹਦਾ ਮਤਲਬ 5 ਸਾਲਾਂ 'ਚ ਤੇ ਸਾਨੂੰ ਬਰਬਾਦ ਕਰਕੇ ਰੱਖ ਦੇਣਗੇ। ਜਿਹੜੇ ਕਹਿੰਦੇ ਸੀ ਕਿ ਅਸੀਂ ਕੋਈ ਲੋਨ ਨਹੀਂ ਲੈਣਾ, ਜਿਹੜੇ ਕਹਿੰਦੇ ਸੀ ਅਸੀਂ ਕੋਈ ਕਰਜ਼ਾ ਨਹੀਂ ਚੱਕਾਂਗੇ, ਪਰ ਜਿੰਨੇ ਮੈਂ ਤੁਹਾਨੂੰ ਬਣਾਏ ਨੇ ਲੋਕ ਪੈਸੇ ਦੇ ਲਈ ਤਰਸ ਰਹੇ ਨੇ, ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ। ਇਸ ਕਰਕੇ ਭਗਵੰਤ ਮਾਨ ਜੀ, ਤੁਸੀਂ ਹਕੂਮਤ ਦੇ ਨਸ਼ੇ 'ਚ ਚੂਰ ਹੋ, ਤੁਸੀਂ ਗਰੀਬਾਂ ਦੇ ਨਾਲ ਕੀਤੇ ਵਾਅਦੇ ਭੁੱਲ ਚੁੱਕੇ ਹੋ, ਤੁਹਾਨੂੰ ਹੋਸ਼ ਵਿੱਚ ਆਉਣਾ ਪਏਗਾ। ਇਸ ਵੇਲੇ ਜੋ ਚੋਣਾਂ ਚੱਲ ਰਹੀਆਂ ਨੇ, ਪੰਜਾਬ ਦੇ ਲੋਕ, ਪੰਜਾਬ ਦੇ ਗਰੀਬ ਲੋਕ ਜਿਹੜੇ ਆ ਉਹ ਤੈਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਆਈ ਆਦਮਪੁਰ ਤੈਨੂੰ ਮੂੰਹ ਤੋੜਵਾਂ ਜਵਾਬ ਦੇਵਾਂਗਾ, ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਿਹੜਾ ਤੂੰ ਮੇਰਾ ਅਪਮਾਨ ਕੀਤਾ ਉਹਦਾ ਆਦਮਪੁਰ ਦੇ ਵਿੱਚ ਤੇਰੇ ਕੋਲ ਬਦਲਾ ਲਵਾਂਗਾ। ਜਿੰਨੀ ਮਰਜ਼ੀ ਪੁਲਿਸ ਲੈ ਲਈ, ਜਿੰਨੇ ਮਰਜ਼ੀ ਜੋ ਮਰਜ਼ੀ ਲੈ, ਜੋ ਮਰਜ਼ੀ ਕਰ ਲਈ, ਤੇਰਾ ਘਰਾਓ ਮੈਂ ਉੱਥੇ ਜ਼ਬਰਦਸਤ ਤਰੀਕੇ ਦੇ ਨਾਲ ਕਰਾਂਗਾ। ਔਰ ਦੂਸਰੇ ਕੁਛ ਸਵਾਲ ਜਿਹੜੇ ਕੇਂਦਰ ਦੀ ਸਰਕਾਰ ਦੇ ਲਈ, ਮੋਦੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਬਹੁਤ ਕੁਝ ਕਰਨਾ ਸੀ ਤਾਂ ਦੇਸ਼ ਦੇ ਜਿਹੜਾ ਹੈ ਨਾ ਉਹ ਖੁਸ਼ਹਾਲ ਬਣਾ ਦੇਣਾ। 15-15 ਲੱਖ ਰੁਪਇਆ 10 ਸਾਲ ਬੀਤ ਗਏ, ਕਿਸੇ ਦੇ ਖਾਤੇ 'ਚ ਨਹੀਂ ਆਇਆ, ਕੋਈ ਕਾਲਾ ਧਨ ਵਾਪਸ ਜਿਹੜਾ ਉਹ ਨਹੀਂ ਸੀ ਆਇਆ। ਮੈਨੂੰ ਵੀ ਨਹੀਂ 15 ਲੱਖ ਮਿਲਿਆ ਤੇ ਤੁਹਾਨੂੰ ਵੀ ਨਹੀਂ 15 ਲੱਖ ਮਿਲਿਆ। ਇਸ ਕਰਕੇ ਇਸ ਗੱਲ ਨੂੰ ਮੋਦੀ ਸਰਕਾਰ ਨੂੰ ਯਾਦ, ਉਹਨੂੰ 23 ਤਰੀਕ ਨੂੰ ਆਉਣਾ, ਉਹਨਾਂ ਨੇ ਜੋ ਮੈਂ ਮੀਡੀਆ ਦੇ ਰਾਹੀਂ ਪੜ੍ਹਿਆ ਤੇ ਉਹਨਾਂ ਦੇ ਲਈ ਸਵਾਲ ਹੈ ਕਿ ਅਗਰ ਉਹਨਾਂ ਨੇ ਜਲੰਧਰ ਦੇ ਵਿੱਚ ਆਉਣਾ ਤਾਂ ਫਿਰ ਇਹਨਾਂ ਗੱਲਾਂ ਦਾ ਜਵਾਬ ਦੇ ਕੇ ਜਾਣਗੇ। ਉਹਨਾਂ ਨੇ ਕਿਹਾ ਅਸੀਂ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਤੇ 10 ਸਾਲ ਦੇ ਅੰਦਰ 20 ਕਰੋੜ ਨੌਕਰੀ ਮਿਲ ਗਈ। ਤੇ 20 ਕਰੋੜ ਦੇ ਨਾਲ ਜੇ ਇੱਕ ਪਰਿਵਾਰ ਦੇ ਅੰਦਰ 5 ਮੈਂਬਰ 4 ਮੈਂਬਰ ਦੀ ਵੀ ਲਾਈ ਤੇ ਮੇਰੇ ਖਿਆਲ ਦੇ ਅੰਦਰ 100 ਕਰੋੜ ਲੋਕ ਜਿਹੜੇ ਆ ਉਹ ਖੁਸ਼ਹਾਲ ਹੋ ਸਕਦੇ ਸੀ। ਪਾਰਲੀਮੈਂਟ ਦੇ ਅੰਦਰ ਰਿਪੋਰਟ ਪੇਸ਼ ਹੋਈ ਕਿ ਅੱਜ ਵੀ 32 ਕਰੋੜ ਲੋਕ ਸੜਕਾਂ, ਝੁੱਗੀ, ਝੌਂਪੜੀ, ਰੇਲਾਂ, ਗੱਲੇ, ਨਾਲਿਆਂ ਦੇ ਕਿਨਾਰਿਆਂ ਤੇ ਰਹਿ ਕੇ ਆਪਣੀ ਜ਼ਿੰਦਗੀ ਕੱਢ ਰਹੇ ਆ। 27 ਕਰੋੜ ਲੋਕ ਅੱਜ ਵੀ ਜਿਹੜੇ ਆ ਭੁੱਖਮਰੀ ਦਾ ਸ਼ਿਕਾਰ ਨੇ, ਉਹਨਾਂ ਨੂੰ 2 ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਪਾਰਲੀਮੈਂਟ ਦੇ ਅੰਦਰ ਰਿਪੋਰਟ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਜੀ, ਤੁਸੀਂ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ? ਤੁਸੀਂ ਕਿਉਂ ਲੋਕਾਂ ਦੇ ਨਾਲ ਤੁਸੀਂ ਅਨਿਆਂ ਕਰ ਰਹੇ ਹੋ?
ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਹੁਣ ਦੇਸ਼ ਦੀ ਸੱਤਾ ਦੇ ਉੱਤੇ ਨਹੀਂ ਰਹਿ ਸਕਦੇ। ਅੱਜ ਸਾਡੇ ਉੱਤੇ ਬਹੁਤ ਭਾਰੀ ਜ਼ੁਲਮ ਜਿਹੜੇ ਆ ਉਹ ਸਰਕਾਰਾਂ ਕਰ ਰਹੀਆਂ ਨੇ ਮਣੀਪੁਰ ਵਰਗੇ ਕੰਡ ਬਹੁਤ, ਮੈਂ ਉਹ ਜ਼ਿਆਦਾ ਦੁਹਰਾਉਣਾ ਨਹੀਂ ਚਾਹੁੰਦਾ। ਸਿਰਫ ਸਵਾਲ ਮੁੱਖ ਮੰਤਰੀ ਜੀ ਨੂੰ, ਪ੍ਰਧਾਨ ਮੰਤਰੀ ਜੀ ਨੂੰ ਇਹ ਕਰਨਾ ਚਾਹੁੰਦਾ ਕਿ ਅੱਜ ਤੂੰ ਮੀਡੀਆ ਦੇ ਰਾਹੀਂ ਇਹ ਕਹਿ ਰਿਹਾ ਕਿ ਰਾਹੁਲ ਗਾਂਧੀ ਸ਼ਹਿਜਾਦੇ ਨੂੰ ਪਾਕਿਸਤਾਨ ਜਿਹੜਾ ਹੈ ਉਹ ਦੇਸ਼ ਦਾ ਪ੍ਰਧਾਨ ਮੰਤਰੀ ਇੰਡੀਆ ਦਾ ਬਣਾਉਣਾ ਚਾਹੁੰਦਾ। ਕਿਉਂਕਿ ਜੇ ਤਾਂ ਕਹਿੰਦਾ ਸੀ ਮੈਂ 400 ਪਾਰ ਜਾਵਾਂਗਾ, ਫਿਰ ਇਹਨੂੰ ਤਾਂ ਰਾਹੁਲ ਗਾਂਧੀ ਜੀ ਦਾ ਨਾਂ ਲੈਣ ਦੀ ਲੋੜ ਹੀ ਨਹੀਂ ਹੈ। ਡਰ ਗਿਆ, ਬਹੁਤ ਬੁਰੀ ਤਰ੍ਹਾਂ ਬੁਖਲਾਟ ਦੇ ਵਿੱਚ ਆ ਕੇ ਅਜਿਹੀਆਂ ਬਿਆਨ ਦੇ ਰਿਹਾ ਕਿ ਜਿਹੜਾ ਅਵਾਨੀ ਤੇ ਅਡਾਨੀ ਇਸ ਵੇਲੇ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਪੈਸਾ ਦੇ ਕੇ ਕੰਪੇਨ ਕਰ ਰਿਹਾ, ਉਹ ਤਾਂ ਤੇਰੇ ਯਾਰ ਰਹੇ ਨੇ, ਉਹ ਤਾਂ ਸ਼ੈਲ ਵਰਗੀਆਂ ਕੰਪਨੀਆਂ ਵਾਂਡੀਆਂ ਅਡਾਨੀਆਂ ਦੇ ਤੁਸੀਂ ਕਰੋੜਾਂ ਹਜ਼ਾਰਾਂ ਜਿਹੜੇ ਰੁਪਈਏ ਜਿਹੜੇ ਆ ਉਹ ਤੁਸੀਂ ਉਹਨਾਂ ਦੇ ਹਜ਼ਾਰਾਂ ਕਰੋੜ ਰੁਪਈਏ ਜਿਹੜੇ ਉਹ ਤੁਸੀਂ ਮਾਫ਼ ਕੀਤੇ, ਦੋਸ਼ ਤੁਸੀਂ ਸਾਡੇ ਤੇ ਲਾ ਰਹੇ ਹੋ। ਕਿਉਂਕਿ ਇਹ ਬੁਖਲਾ ਗਿਆ ਹੁਣ ਨਰਿੰਦਰ ਮੋਦੀ, ਪਤਾ ਲੱਗ ਗਿਆ ਕਿ ਮੈਂ ਹੁਣ ਸੱਤਾ ਤੋਂ ਬਾਹਰ ਜਾ ਰਿਹਾ, ਕਾਂਗਰਸ ਪਾਰਟੀ ਆ ਰਹੀ। ਇਸ ਕਰਕੇ ਮੋਦੀ ਸਾਹਿਬ ਇਸ ਗੱਲ ਦਾ ਜਵਾਬ ਦੇ ਕੇ ਜਾਣ ਜਲੰਧਰ ਦੇ ਅੰਦਰ। ਔਰ ਤੀਸਰੀ ਗੱਲ, ਕਾਂਗਰਸ ਪਾਰਟੀ ਦੇ ਵੇਲੇ ਆਦਮਪੁਰ ਏਅਰਪੋਰਟ ਦਾ ਨਾਂ ਜਿਹੜਾ ਉਹ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਕਾਂਗਰਸ ਪਾਰਟੀ ਨੇ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਕੀਤਾ। ਮੋਦੀ ਨੂੰ ਕੀ ਨਫ਼ਰਤ ਹੈ ਸਾਡੇ ਸਮਾਜ ਤੋਂ, ਸਾਡੇ ਗੁਰੂਆਂ ਤੋਂ, ਕਿ ਉਹਨਾਂ ਨੇ ਹਾਲੇ ਤੱਕ ਜਿਹੜਾ ਪੰਜਾਬ ਵੱਲੋਂ ਭੇਜਿਆ ਮਤਾ, ਮੈਂ ਅਦਿੱਤਿਆ ਰਾਜ ਸਿੰਧੀਆ ਜਿਹੜੇ ਸਪਾਹੀ ਜੀ ਆ ਬਾਬਾ ਜੀ ਮੰਤਰੀ ਨੇ, ਮੈਂ ਉਹਨਾਂ ਨੂੰ ਵੀ ਕਈ ਵਾਰ ਮਿਲ ਚੁੱਕਿਆ, ਲੇਕਿਨ ਹਾਲੇ ਤੱਕ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਜਿਹੜਾ ਗੁਰੂ ਰਵਿਦਾਸ ਏਅਰਪੋਰਟ ਦਾ ਨਾਂ ਜਿਹੜਾ ਉਹ ਨਹੀਂ ਰੱਖਿਆ। ਔਰ ਤੀਸਰਾ, ਖੇਤੀ ਕਾਨੂੰਨਾਂ ਨੂੰ ਲੈ ਕੇ ਸਾਢੇ 700 ਕਿਸਾਨ ਖਨੌਰੀ ਬਾਰਡਰ ਔਰ ਸ਼ੰਭੂ ਦੂਸਰੇ ਤੇ ਸਿੱਘੂ ਬਾਰਡਰ ਦੇ ਉੱਤੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਲਈ ਜ਼ਿੰਮੇਵਾਰ ਹੈ। ਔਰ ਮੋਦੀ RSS ਦੇ ਜ਼ਰੀਏ ਉਹਨਾਂ ਦੇ ਇਸ਼ਾਰੇ ਦੇ ਉੱਤੇ ਦੇਸ਼ ਦਾ ਸੰਵਿਧਾਨ ਬਦਲਣਾ ਚਾਹੁੰਦਾ ਹੈ। ਔਰ ਪੰਜਾਬ ਦੇ ਵਿੱਚ ਆ ਕੇ ਕਹਿੰਦਾ ਕਿ ਮੈਂ ਜਿਸ ਵੇਲੇ ਕਿਸਾਨਾਂ ਨੇ ਉਹਨਾਂ ਨੂੰ ਰੋਕਿਆ, ਮੋਦੀ ਚਾਹੁੰਦਾ ਸੀ ਕਿ ਮੈਂ ਉਸ ਰਸਤੇ ਤੋਂ ਦੀ ਜਾਵਾਂ ਔਰ ਉੱਥੇ ਲਾਠੀ ਗੋਲੀ ਕਿਸਾਨਾਂ ਦੇ ਉੱਤੇ ਚੱਲਣ ਔਰ ਕਿਸਾਨ ਜਿਹੜੇ ਆ ਮਾਰੇ ਜਾਣ, ਪਰ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਹਿੰਮਤ ਸੀ ਕਿ ਉਹਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਪੁਲ ਦੇ ਉੱਤੇ ਰੋਕ ਕੇ ਦਿਖਾਇਆ ਕਿ ਮੈਂ ਤੈਨੂੰ ਅੱਗੇ ਨਹੀਂ ਜਾਣ ਦਾਂਗਾ, ਮੈਂ ਅੱਗੇ ਜਾ ਕੇ ਕਿਸਾਨਾਂ ਦੀ ਕਤਲੋਗਾਰ ਜਿਹੜੀ ਆ ਉਹ ਨਹੀਂ ਹੋਣ ਦੇਵਾਂਗਾ। ਇਸ ਕਰਕੇ ਮੋਦੀ ਸਾਹਿਬ ਹੋਸ਼ ਵਿੱਚ ਆਓ, ਸਾਡੇ ਸਵਾਲਾਂ ਦੇ ਜਵਾਬ ਦਿਓ। ਤੁਸੀਂ ਗਰੀਬਾਂ ਦੇ ਵਾਸਤੇ, ਨੌਕਰੀਆਂ ਦੇ ਵਾਸਤੇ, ਲੋਕਾਂ ਦੇ ਖਾਤਿਆਂ 'ਚ ਪੈਸੇ ਆਉਣ ਦੇ ਬਾਰੇ ਹਾਲੇ ਤੱਕ ਕੀ ਕੀਤਾ? ਇਹਦਾ ਜਵਾਬ ਕੇਂਦਰ ਦੀ ਸਰਕਾਰ ਨੂੰ ਵੀ ਦੇਣਾ ਪਏਗਾ। ਕਾਂਗਰਸ ਪਾਰਟੀ ਪੰਜਾਬ ਦੇ ਅੰਦਰ ਬਿਲਕੁਲ ਅੱਛੇ ਤਰੀਕੇ ਦੇ ਨਾਲ, ਪਲੈਨਿੰਗ ਦੇ ਨਾਲ, ਜ਼ੋਰ ਦੇ ਨਾਲ ਜਿਹੜਾ ਉਹ ਇਲੈਕਸ਼ਨ ਲੜ ਰਹੀ ਹੈ। ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਚਾਹੁੰਦਾ ਕਿ ਮੈਂ ਸੱਤਾ ਦੇ ਵਿੱਚ ਆ ਕੇ ਭਾਰਤ ਦੇ ਸੰਵਿਧਾਨ ਨੂੰ ਜੋ ਡਾਕਟਰ ਅੰਬੇਡਕਰ ਸਾਹਿਬ ਨੇ ਬਣਾਇਆ ਉਹਨੂੰ ਬਦਲ ਕੇ ਇੱਥੇ ਉਹੀ ਮਨੁਵਾਦੀ ਵਿਵਸਥਾ ਨੂੰ ਇਸ ਦੇਸ਼ ਦੇ ਅੰਦਰ ਲਾਗੂ ਕਰਾਂ। ਇਹ ਹਰਗਿਜ਼ ਚੈਲੰਜ ਜਿਹੜਾ ਅਸੀਂ ਉਹਦਾ ਕਬੂਲ ਕਰਦੇ ਹਾਂ। ਜੇ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਮੋਦੀ ਸਾਹਿਬ ਇੱਥੇ ਬਹੁਤ ਕੁਝ ਹੋ ਜਾਏਗਾ, ਫਿਰ ਤੇਰੇ ਕੋਲ ਸਮਝਿਆ ਨਹੀਂ ਜਾਣਾ। ਇਸ ਕਰਕੇ ਇਹ ਸਾਡੀ ਉਹਨਾਂ ਨੂੰ ਚੇਤਾਵਨੀ ਵੀ ਹੈ, ਇਹ ਸਾਡਾ ਉਹਨਾਂ ਨੂੰ ਸੁਝਾਅ ਵੀ ਹੈ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਹਰਗਿਜ਼ ਬਦਲਣ ਦੀ ਗੱਲ ਜਿਹੜੀ ਹੈ ਉਹ ਬਿਲਕੁਲ ਨਾ ਕਰਨ। ਡਾਕਟਰ ਅੰਬੇਡਕਰ ਦੇ ਮੁਤਾਬਕ, ਉਹਨਾਂ ਦੇ ਸਿਧਾਂਤਾਂ ਦੇ ਮੁਤਾਬਕ, ਗੁਰੂਆਂ ਦੇ ਮੁਤਾਬਕ, ਗੁਰੂਆਂ ਦੇ ਸਿਧਾਂਤਾਂ ਦੇ ਮੁਤਾਬਕ ਗੁਰੂ ਨਾਨਕ ਮਹਾਰਾਜ ਦਾ ਦੇਸ਼ ਹੈ, ਕਬੀਰ ਸਾਹਿਬ ਦੀ ਕਰਮ ਜਿਹੜੀ ਇਹ ਕਰਮ ਭੂਮੀ ਹੈ, ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਥੇ ਇਸ ਧਰਤੀ ਦੇ ਉੱਤੇ ਜਨਮ ਹੋਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਰਗਿਆਂ ਨੇ ਹਮੇਸ਼ਾ ਜ਼ੁਲਮ ਦੇ ਖਿਲਾਫ ਜਿਹੜੀ ਹੈ ਉਹ ਤਲਵਾਰ ਉਠਾਈ ਸੀ ਤੇ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਸੀ। ਇਸ ਕਰਕੇ ਪੰਜਾਬ ਦੇ ਹਾਕਮੋ ਤੇ ਦੇਸ਼ ਦੇ ਹਾਕਮੋ ਆਵਾਜ਼ ਆ ਜਾਓ,
ਆਪਣੀਆਂ ਹਰਕਤਾਂ ਤੋਂ ਨਹੀਂ ਤਾਂ ਤੁਹਾਨੂੰ ਗਰੀਬ ਤੇ ਪੰਜਾਬ ਤੇ ਦੇਸ਼ ਦੇ ਲੋਕ ਜਿਹੜੇ ਆ ਇਹਨਾਂ ਚੋਣਾਂ ਦੇ ਅੰਦਰ ਮੂੰਹ ਤੋੜਵਾਂ ਜਿਹੜਾ ਜਵਾਬ ਦੇਣਗੇ। ਕਾਂਗਰਸ ਪਾਰਟੀ ਜਿੱਤੇਗੀ ਔਰ ਕਾਂਗਰਸ ਪਾਰਟੀ ਬਹੁਮਤ ਦੇ ਨਾਲ ਦੇਸ਼ ਦੇ ਅੰਦਰ ਜਿਹੜੀ ਹੈ ਉਹ ਸਰਕਾਰ ਬਣਾਏਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਰ ਕੋਈ ਸਵਾਲ ਕਰਨਾ ਤਾਂ ਤੁਸੀਂ ਪੁੱਛੋ। ਮੈਨੂੰ ਇਹ ਕਹਿਣ ਦਾ ਕੀ ਹੱਕ ਹੈ, ਪਵਨ ਟੀਨੋ ਨੇ ਚੌਥੀ ਪਾਰਟੀ ਬਦਲ ਲਈ ਔਰ ਚੌਥੀ 'ਚ ਚਲ ਗਿਆ, ਮੇਰੇ ਕੋਲੋਂ ਹਾਰ ਗਿਆ 22 ਦੀਆਂ ਇਲੈਕਸ਼ਨਾਂ ਦੇ ਵਿੱਚ। ਉਹਨੂੰ ਹੁਣ ਪਤਾ ਸੀ ਵੀ ਕੋਟਲੀ ਨੇ ਮੈਨੂੰ ਜਿੱਤਣ ਨਹੀਂ ਦੇਣਾ, ਸਣੇ ਪਾਰਟੀ ਲੈ ਕੇ ਆਮ ਆਦਮੀ ਪਾਰਟੀ ਦੇ, ਉਹਨੂੰ ਕੀ ਹੱਕ ਹੈ? ਇਹ ਗਰੰਟੀ ਦਿੱਤੀ ਸੀ ਉਹਨਾਂ ਨੇ, ਇਹ ਉਹਨਾਂ ਨੇ ਵਾਅਦਾ ਕੀਤਾ ਸੀ। ਪਵਨ ਟੀਨੋ ਕੌਣ ਹੁੰਦਾ ਇਹ ਗੱਲ ਕਹਿਣ ਵਾਲਾ? ਭਗਵੰਤ ਮਾਨ ਜਵਾਬ ਦੇਵੇ ਜਾਂ ਕੇਜਰੀਵਾਲ ਜਵਾਬ ਦੇਵੇ, ਉਹਨੂੰ ਇਹ ਗੱਲ ਕਹਿਣ ਦਾ ਕੋਈ ਹੱਕ ਨਹੀਂ। ਦੇਖੋ ਜਿਹੜੀ ਉਹਨਾਂ ਨੇ ਉਹ ਕੁਛ ਨਹੀਂ ਕਿਹਾ, ਮੈਂ ਪੰਜਾਬ ਦਾ ਵਿਧਾਇਕ ਹੈ। ਕੋਈ ਵੀ ਪ੍ਰਵਾਸੀ ਭਾਰਤ ਦੇ ਵਿੱਚ ਕਿਸੇ ਵੀ ਕੋਨੇ ਦੇ ਅੰਦਰ ਜਾ ਕੇ ਪੰਜਾਬ ਦੇ ਅੰਦਰ ਆ ਕੇ ਉਹਨਾਂ ਦੇ ਆਧਾਰ ਕਾਰਡ ਬਣਦੇ ਨੇ, ਉਹਨਾਂ ਦੀ ਕੋਈ ਮਨਾਹੀ ਨਹੀਂ ਹੈ। ਉਹ ਆਪਣੇ ਘਰ ਖਰੀਦ ਸਕਦੇ ਨੇ, ਸਭ ਕੁਝ ਖਰੀਦ ਸਕਦੇ ਨੇ। ਅਜਿਹਾ ਉਹਨਾਂ ਦੇ ਵੱਲੋਂ ਸ਼ਾਇਦ ਤੁਸੀਂ ਸੁਖਪਾਲ ਖਹਿਰਾ ਜੀ ਦੀ ਗੱਲ ਨੂੰ ਮੇਰੇ ਖਿਆਲ ਕਰ ਰਹੇ ਹੋ। ਦੇਖੋ ਮੇਰੇ ਖਿਆਲ ਦੇ ਅੰਦਰ ਜਿੰਨਾ ਸਰਦਾਰ ਚਰਨਜੀਤ ਸਿੰਘ ਦੀ ਚੰਨੀ ਗਰੀਬ ਲੋਕਾਂ ਨੂੰ, ਚਾਹੇ ਉਹ ਪ੍ਰਵਾਸੀ ਹੋਣ ਚਾਹੇ ਦੂਸਰੇ ਹੋਣ, ਜਿੰਨੇ ਉਹਨਾਂ ਨੇ ਭਲਾਈ ਦੇ ਕੰਮ ਕੀਤੇ, ਸ਼ਾਇਦ ਹੋਰ ਕੋਈ ਕਰ ਨਹੀਂ ਸਕਦਾ। ਇਲੈਕਸ਼ਨ ਸਟੰਟ ਹੈ ਜਿਤਨਾ ਚੰਨੀ ਨੇ ਆ, ਇਹ ਹੁਣ ਚਾਹੇ ਜੋ ਮਰਜ਼ੀ ਆ ਕਹਿ ਲੈਣ, ਜਿੰਨੀਆਂ ਮਰਜ਼ੀ ਫੋਟੋਆਂ ਜਿਹੜੀਆਂ ਬਣਾ ਬਣਾ ਕੇ ਕਰ ਰਹੇ ਨੇ ਔਰ ਕਿਹਨੂੰ ਵੀ ਉਹਨਾਂ 'ਤੇ ਟ੍ਰੋਲ ਕਰ ਰਿਹਾ, ਮੈਂ ਕਹਿੰਦਾ ਝਗਿਆ ਰਹੇ। ਮੈਂ ਸਭ ਕੁਝ ਜਾਣਦਾ, ਕਿਸੇ ਵਿਅਕਤੀ ਦੇ ਉੱਤੇ ਇੱਦਾਂ ਦਾ ਮੌਕਾ ਹੈ ਕਿ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਤੁਸੀਂ ਜੋ ਸ਼ਬਦਾਵਲੀ ਵਰਤਣੀ ਹੈ ਉਹ ਵਰਤੋ। ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਤੁਸੀਂ ਬਹੁਤਾ ਸਮਾਂ ਜਿਹੜਾ ਨਾ ਉਹ ਸਰਵਾਈਵ ਨਹੀਂ ਕਰ ਸਕਦੇ, ਤੁਸੀਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਤੇ ਪਵਨ ਟੀਨੂ ਹੁਣ ਇਹ ਦੱਸੇ ਕਿ ਉਹਨੇ 27 'ਚ ਕਿਹੜੀ ਪਾਰਟੀ ਤੋਂ ਲੜਨਾ ਤੇ ਕਿੱਥੋਂ ਲੜਨਾ। ਮੈਂ ਉਹਦੇ ਖਿਲਾਫ ਲੜੂੰਗਾ ਕਿਉਂਕਿ ਮੈਨੂੰ ਤਾਂ, ਦੇਖੋ ਮੇਰਾ ਦੋਸਤ ਵੀ ਹੈ, ਦੋਸਤੀ ਅਲੱਗ ਚੀਜ਼ ਹੈ। ਹਰਾਇਆ ਸੀ, ਕਹਿੰਦਾ ਸੀ ਨਾ, ਮੈਂ ਤਾਂ ਤੁਹਾਡੇ ਮੂਹਰੇ ਵੀ ਹੱਥ ਜੋੜ ਕੇ ਕਹਿੰਦਾ ਵੀ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਕਹਿੰਦਾ ਸੀ ਮੈਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ। ਜਦੋਂ ਮੈਨੂੰ ਟੈਕਟ ਮਿਲਿਆ ਨਾ, ਕਹਿੰਦੇ ਕੋਈ ਨੀ ਕਿਰਤੀ ਦੀ ਘੱਟ ਹੋ ਗਈ, ਕਹਿੰਦਾ ਤੇ 2 ਕਰੋੜ ਲਾਈਦਾ ਸੀ, ਹੁਣ 4 ਕਰੋੜ ਲਾ ਲਾਂਗੇ। ਉਹ ਮਾਰਿਆ ਪਟਕਾ ਕੇ ਤੇ ਇੱਕ ਮਿੰਟ ਜੀ ਸਣੇ ਪਾਰਟੀ ਲੈ ਕੇ ਚਲੇ ਗਿਆ। ਯਾਰ ਕੋਈ, ਮੈਂ ਕਹਿਣਾ ਚਾਹੁੰਦਾ ਕਿ ਯਾਰ ਆਪਾਂ ਕਿਤੇ ਤਾਂ ਕੋਈ ਕਿਰਦਾਰ ਨੂੰ ਕਹਿਣ ਲੱਗੀਏ। ਰਿੰਕੂ ਜੀ ਕੀ ਕਰ ਗਏ ਸਾਡੇ ਸੀਗੇ, ਚਲੋ ਤੁਹਾਨੂੰ ਆਮ ਆਦਮੀ ਪਾਰਟੀ ਨੇ ਮਾਣ ਦਿੱਤਾ ਯਾਰੋ, ਤੁਹਾਨੂੰ ਐਮ ਪੀ ਬਣਾ ਦਿੱਤਾ, ਤਾਂ ਟਿਕਟ ਵੀ ਦੇ ਦਿੱਤੀ, ਤੁਸੀਂ ਸਮੇਤ ਟਿਕਟ ਬੀਜੇਪੀ 'ਚ ਭੱਜ ਗਏ ਹੋ। ਕਿਹੜੀ ਆਫਤ ਆਈ ਹੋਈ ਆ, ਕਿਹੜਾ ਤੁਹਾਡੀ ਬੇਲਣੀ 'ਚ ਬਾਂਹ ਆਈ ਹੋਈ ਹੈ? ਜੋ ਕੋਈ ਤਾਂ ਕਦਰਾਂ ਸ਼ੀਤਲੋ ਮਹਾਰਾਜ ਜੀ ਦੀ ਤੁਸੀਂ ਗੱਲ ਕਰ ਰਹੇ ਹੋ, ਗਾਲਾਂ ਕੱਢਦਾ ਹੁੰਦਾ ਸੀ ਇਹ ਸ਼ਰੇਆਮ ਤੁਸੀਂ। ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਯੂ ਨੋ ਬੈਟਰ ਦੈਨ ਮੀ। ਔਰ ਉਹ ਇਕੱਠੇ ਉਹ ਵੀ ਸਣੀ ਪਾਰਟੀ ਛੱਡ ਕੇ ਬੀਜੇਪੀ ਦੇ ਅੰਦਰ ਜਾ ਕੇ ਜੁਆਇਨ ਕਰ ਲਿਆ ਚੱਬੇਵਾਲ ਸਾਹਿਬ। ਯਾਰ ਸਾਡੇ ਸਮਾਜ ਤੁਸੀਂ ਕਿਤੇ ਤਾਂ ਯਾਰ ਜਿਉਂਦਾ ਰਹਿਣ ਦਿਓ। ਮੈਂ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਇਸ ਦੇ ਨਾਲ ਇਨਸਾਨੀ ਕਦਰਾਂ ਕੀਮਤਾਂ ਦੇ ਨਾਲ ਬਹੁਤ ਇੱਕ ਲੈਵਲ ਜਿਹੜਾ ਸੁਸਾਇਟੀ ਦਾ ਉਹ ਬਹੁਤ ਥੱਲੇ ਦੇ ਪੱਧਰ ਤੇ ਜਾ ਰਿਹਾ। ਮੈਂ ਝੁਰ ਕੇ ਵੀ ਠੀਕ ਆ, ਮਤਲਬ ਜੇ ਤੁਹਾਡਾ ਕਿਤੇ ਜਾਣਾ ਬਣਦਾ ਤਾਂ ਤੁਸੀਂ ਜਾਓ, ਇਹਦੇ 'ਚ ਕੋਈ ਨਹੀਂ। ਪਾਰਟੀਆਂ 'ਚ ਬੰਦੇ ਆਉਂਦੇ ਜਾਂਦੇ ਰਹਿੰਦੇ, ਹਮੇਸ਼ਾ ਪਾਰਟੀਆਂ ਇੱਕ ਦੂਜੇ ਦੇ ਪਾਰਟੀਆਂ 'ਚ ਆ ਗਏ ਚਲੇ ਗਏ, ਨਹੀਂ ਜਾਂਦੇ। ਪਰ ਇਹਨਾਂ ਕਿਰਦਾਰ ਜਿਹੜਾ ਹੈ, ਇਹਨਾਂ ਕਿਰਦਾਰ ਥੱਲੇ ਨਾ ਸਿੱਟੋ ਕਿ ਲੋਕ ਜਿਹੜੇ ਆ ਤੁਹਾਨੂੰ ਹੁਣ ਫਿਰ ਪਿੰਡਾਂ 'ਚ।
ਮੈਂ ਕਿਹਾ ਜੀ ਸਾਡੇ ਵੀ ਦਿੱਗਜ, ਸਾਡੇ ਵੀ ਬਹੁਤ ਸਿਰਮੌਰ ਲੀਡਰ ਆ ਰਹੇ ਨੇ। ਉਹਦੀ ਕੀ ਹੈ, ਤੁਸੀਂ ਦੇਖੋ ਇੱਥੇ, ਤੁਸੀਂ ਰੋਜ਼ ਕਵਰ ਕਰਕੇ ਜਾਣਾ। ਉਹ ਮੇਰੇ ਕੋਲ ਹਾਲੇ ਡਾਟਾ ਹੈ, ਉਹ ਤਰੀਕਾ ਹੈ, ਮੈਂ ਉਹ, ਕਿਉਂਕਿ ਮੈਂ ਆਫੀਸ਼ਲੀ, ਮੇਰਾ ਅਧਿਕਾਰ ਨਹੀਂ ਹੈ ਕਿ ਮੈਂ ਉਹਨਾਂ ਨੂੰ ਜਿਹੜਾ ਤੁਹਾਡੇ ਸਾਹਮਣੇ ਦੱਸਾਂ। ਤੇ ਮੈਂ ਕਿਹਾ ਜੀ ਮੋਦੀ ਕੋ ਮੈਂ 3 ਵਾਰੀ ਆ ਜਾਏ, ਜਿਤਨਾ ਕਾਂਗਰਸ ਪਾਰਟੀ ਨੇ ਆ, ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦਾ ਬਣ। ਬਿੱਟੂ ਜਦੋਂ ਸੀਗਾ ਕਾਂਗਰਸ ਦੇ ਵਿੱਚ, ਉਦੋਂ ਤਾਂ ਉਹਦੀ ਜ਼ੁਬਾਨ ਬੰਦ ਹੁੰਦੀ ਸੀ। ਜਿੱਦਣ ਅਸੀਂ ਰੈਜੂਲੇਸ਼ਨ ਪਾਸ ਕਰਕੇ ਭੇਜਿਆ ਕੇਂਦਰ ਦੀ ਕਾਂਗਰਸ ਨੂੰ, ਕਮੇਟੀ ਨੂੰ, ਅਸੀਂ ਪੰਜਾਬ ਦੇ ਅੰਦਰ ਬਿਲਕੁਲ ਇਹਨਾਂ ਦੇ ਨਾਲ ਅਲਾਇੰਸ ਨਹੀਂ ਕਰਨਾ, ਪਰ ਕੇਂਦਰ ਦੇ ਅੰਦਰ ਰਾਹੁਲ ਗਾਂਧੀ ਜੀ ਨੇ, ਮਲਕਾ ਅਰੋੜਾ ਜੀ ਖੜਦੇ ਨੇ, ਵੀ ਸੋਨੀਆ ਗਾਂਧੀ ਨੇ ਸਾਡੀ ਗੱਲ ਤੇ ਮੋਹਰ ਪਾਈ ਹੈ। ਅਸੀਂ ਬਿਲਕੁਲ ਉਹਨਾਂ ਦੇ ਨਾਲ ਚੱਲਣ ਦੇ ਦਿਲ ਦੇ ਲਈ ਤਿਆਰ ਨੇ। ਰਹੀ ਗੱਲ ਜਿਹੜੀ ਤੁਸੀਂ ਦਿੱਲੀ ਦੀ ਕਰਦੇ ਹੋ, ਇਹ ਦਿੱਲੀ ਵਾਲਿਆਂ ਨੂੰ ਸਵਾਲ ਕਰੋ, ਮੈਂ ਕੱਲ ਪੰਜਾਬ ਦੀ ਮੈਂ ਕਹਿਣਾ ਚਾਹੁੰਦਾ ਕਿ ਮੈਂ ਤਾਂ ਸਮਾਜਿਕ ਪਰਿਵਰਤਨ ਦੀ ਲੜਾਈ ਲੜਦਾ ਰਿਹਾ, ਸਭ ਕੁਝ ਪਾਰਟੀ ਦਾ ਵੇਚ ਦਿੱਤਾ BSP ਵਾਲਿਆਂ ਨੇ ਪਿਛਲੀ ਵਾਰ ਜਦੋਂ ਮੈਂ, ਸਾਨੂੰ ਪਾਰਟੀ ਚੋਂ ਕੱਢ ਦਿੱਤਾ, ਔਰ 20 ਟਿਕਟਾਂ ਅਕਾਲੀ ਦਲ ਦੇ ਕੋਲੋਂ ਲਈਆਂ, ਜਿਹਦੇ ਅੰਦਰ 13 ਉਮੀਦਵਾਰ ਦੂਸਰੇ ਥਾਵਾਂ ਤੋਂ ਲਿਆ ਕੇ ਪਾਰਟੀ ਦੇ ਖੜੇ ਕਰਦੇ, ਸਾਰੀਆਂ ਜਮਾਤਾਂ ਜਬਤ ਹੋ ਗਈਆਂ ਇਸ ਵੇਲੇ। ਇੱਕ ਮਿੰਟ ਜੀ, ਇਸ ਵੇਲੇ ਮਾਇਆਵਤੀ ਜੀ ਇਸ ਵੇਲੇ ਬਿਲਕੁਲ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਦੇ ਲਈ ਹਮੇਸ਼ਾ ਉਮੀਦਵਾਰ ਖੜੇ ਕੀਤੇ ਜਾਂਦੇ ਆ। ਤੁਸੀਂ ਕਹਿੰਦੇ ਹੁੰਦੇ ਸੀ, ਮੀਡੀਆ ਵਾਲੇ ਛਾਪਦੇ ਹੁੰਦੇ ਸੀ ਕਿ ਜਿਹੜੇ ਜਿਹੜੇ BSP ਦੂਜਿਆਂ ਨੂੰ ਜਿਤਾਉਣ ਦੇ ਲਈ, ਅਸੀਂ ਕਿੱਥੇ ਜਾ ਕੇ ਜਿੱਤੀਏ ਬਈ, ਅਸੀਂ ਵੀ ਪੰਜਾਬ ਦੇ ਅੰਦਰ ਲੋਕਾਂ ਦੀ ਨੁਮਾਇੰਦਗੀ ਕਰਨੀ ਆ। ਇਸ ਕਰਕੇ ਸਮਾਜਿਕ ਪਰਿਵਰਤਨ ਦੇ ਅੰਦੋਲਨ ਦੇ ਅੰਦਰ ਜਿਹੜੀ ਖੜੋਤ ਲੈ ਕੇ ਆਈ ਹੈ, ਉਹਦੇ ਕਾਰਨ ਲੋਕਾਂ ਦੇ ਅੰਦਰ ਨਿਰਾਸ਼ਾ ਆਈ, ਉਹਨਾਂ 'ਚ ਵੀ ਆਈ ਸੀ, ਮੇਰੇ 'ਚ ਵੀ ਆਈ। ਇਸ ਕਾਰਨ ਮੈਂ, ਜੇ ਅੱਜ ਮੈਂ ਪੰਜਾਬ ਦੇ ਅੰਦਰ ਪੰਜਾਬ ਦਾ ਵਿਧਾਇਕ ਬਣਿਆ, ਇਹ ਹਮੇਸ਼ਾ ਗਰੀਬਾਂ ਦੀ ਗੱਲ ਪੰਜਾਬ ਦੀ ਵਿਧਾਨ ਸਭਾ 'ਚ ਕਰਨਾ। ਕਾਂਗਰਸ ਪਾਰਟੀ ਜਿੱਤੇਗੀ ਉਸ ਵੇਲੇ ਦੀਆਂ, ਜਿਹੜੇ ਤੁਸੀਂ ਗੱਲ ਕਹਿ ਰਹੇ ਹੋ ਨਾ, ਉਸ ਵੇਲੇ ਇੱਕ ਕਹਿਣ ਦੀ, ਤੁਸੀਂ ਬੜੇ ਮੌਜਨ ਅੰਦੋਲਨ ਨਾਲ ਜੁੜੇ ਹੋਏ ਆ, ਉਸ ਵੇਲੇ ਇੱਕ ਦੇਸ਼ ਦੇ ਅੰਦਰ ਇੱਕ ਲਹਿਰ ਚੱਲੀ ਸੀ ਕਿ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾ। ਇੱਕ ਮਿੰਟ ਜੀ ਮੈਨੂੰ ਜਵਾਬ ਦੇ ਦਿਓ ਪਲੀਜ਼। ਉਸ ਵੇਲੇ ਪੰਜਾਬ ਦੇ ਅੰਦਰ 9 ਪਾਰਟੀਆਂ 11 ਪਾਰਟੀਆਂ ਇਕੱਠੀਆਂ ਹੋਈਆਂ ਸੀ, ਤੁਹਾਨੂੰ ਵੀ ਪਤਾ ਹੋਣਾ, ਲਾਲ ਮੰਗਤ ਰਾਮ ਪਾਸਵਾ ਜੀ ਤੋਂ ਲੈ ਕੇ CPI, CPM, ਬੈਂਸ ਬ੍ਰਦਰ ਜੀ, ਸੁਖਪਾਲ ਖਹਿਰਾ ਜੀ, ਔਰ ਹੋਰ ਕੁਝ ਵੀ ਲੈ ਕੇ, ਠੀਕ ਹੈ, ਵੋਟਾਂ ਪੈਂਦੀਆਂ, ਵੋਟਾਂ ਬਦਲ ਜਾਂਦੀਆਂ ਨੇ, ਤਸਵੀਰ ਬਦਲ ਜਾਂਦੀ ਹੈ। ਤੇ ਜੇ BSP ਦੀ ਗੱਲ ਤੁਸੀਂ ਕਰਦੇ ਤੇ ਫਿਰ ਤਾਂ ਮੈਂ ਜਿੱਤਦਾ ਹੀ ਨਾ ਉੱਥੋਂ, ਅਕਾਲੀ ਤੇ BSP ਕੰਬਾਈਂਡ ਸੀ, ਮੈਂ ਦੋਨਾਂ ਨੂੰ ਹਰਾ ਕੇ MLA ਬਣ ਗਿਆ। ਇਸ ਕਰਕੇ ਹਰੇਕ ਵਾਰ ਸਥਿਤੀ ਜਿਹੜੀ ਹੈ ਇਲੈਕਸ਼ਨ ਦੀ ਬਦਲ ਜਾਂਦੀ। ਅਸੀਂ ਤੋਂ ਓਵਰ ਕੋਨਫੀਡੈਂਸ ਹੋਣਾ, ਸਾਡਾ ਦਿਲ ਕਹਿੰਦਾ, ਲੋਕ ਕਹਿੰਦੇ ਨੇ ਗਲੀਆਂ ਬਾਜ਼ਾਰਾਂ ਦੇ ਅੰਦਰ, ਜਿਹੜਾ ਉਹ ਕਾਂਗਰਸ ਪਾਰਟੀ ਨੂੰ ਲੋਕ ਚਾਹ ਰਹੇ ਨੇ, ਓਵਰ ਕੋਨਫੀਡੈਂਸ ਕਾ ਦੇਣਾ, ਵੋਟਾਂ ਤਾਂ ਲੋਕਾਂ ਨੇ ਪਾਉਣੀਆਂ। ਮੈਂ ਆ ਰਿਹਾ ਇੱਥੇ, ਅਸੀਂ ਸਾਡੀ ਸਰਕਾਰ ਤੇਲੰਗਾਨਾ 'ਚ, ਸਾਡੀ ਸਰਕਾਰ ਹਿਮਾਚਲ ਦੇ ਵਿੱਚ, ਔਰ ਸਾਡੀ ਸਰਕਾਰ ਕਰਨਾਟਕਾ ਦੇ ਵਿੱਚ ਅਸੀਂ ਦੇ ਰਹੇ ਹਾਂ। ਉੱਥੇ ਰਿਕਾਰਡ ਕੱਢ ਕੇ ਦੇਖੋ, ਨਹੀਂ ਲੱਖ ਰੁਪਏ ਨਹੀਂ ਦੇ ਰਹੇ ਉੱਥੇ ਅਸੀਂ,
ਉੱਥੇ ਜਿੰਨਾ ਐਲਾਨ ਕੀਤਾ ਸੀ ਕਿਤੇ 1500 ਦਾ ਐਲਾਨ ਕੀਤਾ ਕਿਤੇ 1000 ਦਾ ਕੀਤਾ ਅਸੀਂ 50 ਦੇ ਦਿਨੇ ਨੇ ਤਾਂ ਡੇਰੇ ਬਿਲਕੁਲ 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 ਦਿਆਂਗੇ ਬਿਲਕੁਲ ਦਿਆਂਗੇ ਤੇ ਜਿੰਨੇ ਪੈਸੇ ਸਿਸਟਰ ਜਿੰਨੇ ਪੈਸੇ ਸੈੱਲ ਕੰਪਨੀ ਦੇ ਅਵਾਨੀਆਂ ਤੇ ਅਡਾਨੀਆਂ ਦੇ ਮਾਫ ਕਰ ਦਿੱਤੇ ਨੇ ਨਾ ਪ੍ਰਧਾਨ ਮੰਤਰੀ ਨੇ ਤੇ ਮੇਰੇ ਖਿਆਲ ਸਾਰਿਆਂ ਨੂੰ 1-1 ਲੱਖ ਜਿਹੜਾ ਉਹ ਮਿਲਦਾ ਆਓ ਜੀ ਸਵਾਲ ਕਰੋ ਜੀ ਮੈਂ ਕਹਿ ਰਿਹਾ ਕਿ ਤੁਸੀਂ ਮੇਰੇ ਗੱਲ ਧਿਆਨ ਚ ਲਿਆਂਦੀ ਹੈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਨਿੱਜੀ ਤੌਰ ਦੇ ਉੱਤੇ ਦਿਸ ਇਜ਼ ਨਾਟ ਏ ਪੋਲਿਟਿਕਸ ਤੁਸੀਂ ਕਿਹਾ ਨਹੀਂ ਮਿਲੇ ਤੁਸੀਂ ਤਾਂ ਕਹਿ ਰਹੇ ਹੋ ਨਹੀਂ ਮਿਲੇ ਮੈਂ ਕਿਹਾ ਕਿ ਅਸੀਂ ਉਹਨਾਂ ਨੂੰ ਮਿਲਾਂਗੇ ਕਿੱਥੋਂ ਕਰਜ਼ਾ ਚੱਕਣਗੇ ਜੀ 80,000 ਕਰੋੜ ਰੁਪਇਆ ਤਾਂ 1 ਸਾਲ ਦੇ ਅੰਦਰ ਚੱਕ ਲਿਆ ਨਵੇਂ ਬਜਟ ਦੇ ਅੰਦਰ ਮੈਂ ਪੁੱਛਿਆ ਸੀ ਮੰਤਰੀ ਸਾਹਿਬਾਂ ਨੂੰ ਕਿ ਤੁਸੀਂ 13,878 ਕਰੋੜ ਰੁਪਇਆ ਦਲਿਤਾਂ ਦੀ ਭਲਾਈ ਦੇ ਲਈ ਖਰਚ ਕੀਤਾ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਵੀ ਦੱਸੋ ਜੀ ਕਿੱਥੇ ਗਿਆ ਤੇ ਮੇਰੇ ਕੋਲ ਰਿਕਾਰਡ 'ਚ ਸਵਾਲ ਦਾ ਜਵਾਬ ਆਇਆ ਸੀ ਕਿ 5 ਕਰੋੜ ਖਰਚ ਕੀਤਾ ਇਹ ਤਾਂ ਸਾਡਾ ਵੀ ਉਹ ਖਾ ਗਿਆ ਇਹਨਾਂ ਨੇ ਕਿੱਥੋਂ ਦੇਣਾ ਜੇ ਦੇਣਾ ਹੁੰਦਾ ਨਾ ਤਾਂ ਵੋਟਾਂ ਤੋਂ ਪਹਿਲਾਂ ਦੇ ਦੇਣਾ ਸੀ ਉਹਨੇ ਜੇ ਦੇਣਾ ਹੁੰਦਾ ਨਾ ਉਹਨਾਂ ਨੇ ਰੱਖਿਆ ਸੀ ਇੱਕ ਆਈਡੀਆ ਬਿਜਲੀ ਵਾਲੇ ਤਾਂ 20,000 ਕਰੋੜ ਰੁਪਇਆ ਅੱਜ ਮੰਗ ਰਹੇ ਨੇ ਕਿ ਸਾਡੇ ਕੋਲੋਂ ਜਿਹੜੀ ਬਿਜਲੀ ਨਹੀਂ ਦਿੱਤੀ ਜਾਏਗੀ ਜੇ ਸਾਨੂੰ ਤੁਸੀਂ PSPCL ਨੂੰ ਜੇ ਤੁਸੀਂ 20,000 ਕਰੋੜ ਰੁਪਇਆ ਜਿਹੜਾ 23 ਮਈ ਤੋਂ ਪਹਿਲਾਂ ਨਾ ਦਿੱਤਾ ਪੈਸਾ ਹੀ ਹੈ ਨੀ ਗਾ ਦੇਣਗੇ ਕਿੱਥੋਂ ਇਸ ਕਰਕੇ ਝੂਠੇ ਵਾਅਦੇ ਜਿਹੜੇ ਹੁਣ ਭਗਵੰਤ ਮਾਨ ਦੇ ਚੱਲਣੇ ਨਹੀਂ ਹੈ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਤੋਂ ਚੱਲ ਕੇ ਤੇ ਬਨਾਰਸ ਚ ਕਿਉਂ ਆਇਆ ਸੀ ਸਾਡਾ ਪ੍ਰਧਾਨ ਹੈ ਪੰਜਾਬ ਪ੍ਰਧਾਨ ਤਾਂ ਕਿਤੇ ਵੀ ਜਾ ਕੇ ਚੋਣ ਲੜਾ ਜਿਹੜੀ ਆ ਉਹ ਲੜ ਸਕਦਾ ਉਹ ਨਾਲੇ ਤੁਸੀਂ ਕਹਿੰਦੇ ਆ ਕਿ ਹਰ ਵਿਅਕਤੀ ਨੂੰ ਪੂਰਾ ਹੱਕ ਹੈ ਪੰਜਾਬੀਅਤ ਨੂੰ ਪੂਰਾ ਹੱਕ ਹੈ ਪੰਜਾਬ ਦੇ ਲੋਕਾਂ ਨੂੰ ਹੱਕ ਹੈ ਇਹ ਇੱਕ ਡੈਮੋਕ੍ਰੇਸੀ ਆ ਇਹ ਇੱਕ ਸੰਵਿਧਾਨਿਕ ਰਾਈਟ ਹੈ ਕਿ ਤੁਸੀਂ ਕਿਤੇ ਵੀ ਜਾ ਕੇ ਲੜ ਸਕਦੇ ਹੋ ਗੱਲ ਹੁੰਦੀ ਆ ਕਿ ਕਹਿੰਦੇ ਬਈ ਜੇ ਉਹ ਮਨ ਨੂੰ ਸਵਾ ਮਨ ਵਾਲਾ ਟੱਕਰੇ ਨਾ ਤਾਂ ਸਵਾਦ ਫੇਰ ਆਉਂਦਾ ਵਧੀਆ ਤਰੀਕੇ ਦੇ ਨਾਲ ਰਾਜਾ ਬੜਿੰਗ ਜੀ ਨੇ ਜਿੱਤਣਾ ਬਹੁਤ ਵੱਡੀ ਲਹਿਰ ਚੱਲ ਰਹੀ ਹੈ ਦੇਖੋ ਇਹ ਚਿੰਤਾ ਦਾ ਵਿਸ਼ਾ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਵਪਾਰੀਆਂ ਦੇ ਕਤਲ ਕਤਲੋ ਗਾਰਤ
ਸਭ ਕੁਝ ਹੋ ਰਿਹਾ ਹੈ, ਉਹ ਸਰਕਾਰ ਜਿਹੜੀ ਹੈ ਇਸ ਗੱਲ ਦੇ ਲਈ ਜ਼ਿੰਮੇਵਾਰ ਹੈ ਔਰ ਸਰਕਾਰ ਦੇ ਬਸ ਚ ਗੱਲ ਨਹੀਂ ਰਹੀ। ਮੇਰੇ ਖਿਆਲ ਦੇ ਅੰਦਰ ਫੈਸਲੇ ਸਖਤ ਲੈਣੇ ਪੈਣ। ਜੇ ਮੈਂ MLA ਬਣਿਆ ਨਾ, ਮੇਰਾ ਰਿਕਾਰਡ ਹੈ, ਮੈਨੂੰ ਕੋਈ ਫੋਨ ਕਰੇ, ਮੈਂ ਕਿਸੇ ਦੇ ਮੇਰਾ ਤਾਂ ਕੋਈ ਚਲਾਨ ਕੱਟਣ ਲਈ ਵੀ ਨਾ ਕੋਈ ਕਹਿ ਦੇਵੇ ਜੀ ਗੱਲ ਕਰਿਓ, ਮੈਂ ਉਹਦੀ ਵੀ ਮਦਦ ਨਹੀਂ ਕਰਦਾ। ਸਖਤ ਕਾਨੂੰਨ ਬਣਾਉਣੇ ਪੈਣਗੇ ਤਾਂ ਹੀ ਪੰਜਾਬ ਤੇ ਪੰਜਾਬੀਅਤ ਦੀ ਨੌਜਵਾਨੀ ਬਚ। ਲੱਗ ਜਾਣਾ ਪਤਾ 4 ਤਰੀਕ ਨੂੰ ਉਹਨੂੰ। ਹਾਂਜੀ, ਜਦੋਂ ਬੰਦਾ ਹਕੂਮਤ ਦੇ ਨਸ਼ੇ ਚ ਚੋਰ ਹੁੰਦਾ ਨਾ, ਉਹ ਮੇਰੇ ਖਿਆਲ ਦੇ ਅੰਦਰ ਉਹ ਬਹੁਤ ਜਾਣੀ ਜ਼ਿਆਦਾ ਨਾ। ਵੈਸੇ ਪਤਾ ਕੀ ਗੱਲ ਹੈ, ਹੁਣ ਮੈਂ ਸੱਚੀ ਗੱਲ ਦੱਸਾਂ, ਇਹ ਉਹਦਾ ਬਿਆਨ ਸਵੇਰ ਦਾ ਹੋਣਾ, ਕਿਤੇ ਸ਼ਾਮ ਨੂੰ ਫਿਰ ਉਹ ਭੁੱਲ ਜਾਂਦਾ ਮੈਂ ਕੀ ਕਿਹਾ। ਇਸ ਕਰਕੇ ਉਹਦੀ ਗੱਲ ਤੇ ਬਹੁਤਾ ਇਤਬਾਰ ਨਾ ਕਰੋ। ਅਸੀਂ ਰਾਹੁਲ ਗਾਂਧੀ ਜੀ ਨੇ ਕਸ਼ਮੀਰ ਕੰਨਿਆ ਕੁਮਾਰੀ ਦਾ ਸਫ਼ਰ ਕਰਕੇ, ਮਣੀਪੁਰ ਤੋਂ ਬੰਬੇ ਤੱਕ ਦਾ ਸਫ਼ਰ ਕਰਕੇ, ਕਲਕੱਤਾ ਤੱਕ ਦਾ ਸਫ਼ਰ ਕਰਕੇ ਇਹੀ ਸਭ ਕੁਝ ਜਾਂਚਿਆ ਔਰ ਅਜਿਹੇ ਪਲਾਨ ਅੱਜ ਤਾਹੀਂ ਤਾਂ ਲੋਕ ਸਾਡੀ ਸਰਕਾਰ ਲੈ ਕੇ ਆ ਰਹੇ ਹੈ, ਲੋਕ ਸਾਡੇ 'ਤੇ ਵਿਸ਼ਵਾਸ ਕਰ ਰਹੇ ਹੈ, ਜੋ ਅਸੀਂ ਕਹਾਂਗੇ ਉਹ ਅਸੀਂ ਕਰਕੇ ਦੇਵਾਂਗੇ। ਪੈਸਾ ਤਾਂ